ਸਤਿ ਸ਼੍ਰੀ ਅਕਾਲ ਜੀ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਵਾਲ ਜੋ ਪੁੱਛਿਆ ਜਾ ਰਿਹਾ ਹੈ ਕਿ ਇਹ ਜਿਹੜੇ ਪੇਪਰ ਆ ਇਟਲੀ ਦੇ ਵਿੱਚ ਹਰ ਬੰਦਾ ਭਰ ਸਕਦਾ ਨਹੀਂ ਜੀ 2022 ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਖੁੱਲਣ ਜਾ ਰਹੀ ਹੈ ਇਹ ਜਿਹੜੇ ਪੇਪਰ ਆ ਇਸ ਟਾਈਮ ਜਿਹੜੀਆਂ ਕੈਟਗਰੀਆਂ ਜਿਹੜੀਆਂ ਦੱਸੀਆਂ ਗਈਆਂ ਨੇ ਇਟਲੀ ਦੇ ਵਿੱਚ ਇਹ ਕੈਟਗਰੀਆਂ ਨੇ ਜੀ ਜੇਕਰ ਬੰਦਾ ਖੇਤੀਬਾੜੀ ਦੇ ਸੈਕਟਰ ਦੇ ਵਿੱਚ ਕੰਮ ਕਰਦਾ ਅਗਰੀਕਲਚਰ ਦੇ ਵਿੱਚ ਕੰਮ ਕਰ ਰਿਹਾ ਅਲਵੇਰਗੋ ਹੋਟਲਾਂ ਦਾ ਕੰਮ ਕਰ ਰਿਹਾ ਟੂਰਿਸਟ ਏਰੀਆ ਦੇ ਵਿੱਚ ਕੰਮ ਕਰ ਰਿਹਾ ਜਾਂ ਫਿਰ ਆਪਣੀ ਕੋਈ ਟਰਾਂਸਪੋਰਟ ਦੀ ਕੰਪਨੀ ਆ ਆਪਣਾ ਕੋਈ ਟਰਾਂਸਪੋਰਟ ਦਾ ਕੰਮ ਚੱਲ ਰਿਹਾ ਖੇਤੀਬਾੜੀ ਦਾ ਕੰਮ ਸਾਡ ਅਗਰੀਕਲਚਰ ਚ ਕੋਈ ਵੀ ਸਾਡਾ ਕੰਮ ਚੱਲ ਰਿਹਾ ਸਾਡਾ ਟੂਰਿਸਟ ਏਰੀਆ ਦੇ ਵਿੱਚ ਹੋਟਲਾਂ ਦਾ ਕੰਮ ਚੱਲ ਰਿਹਾ ਆਪਣਾ ਫਿਰ ਅਸੀਂ ਪੇਪਰ ਭਰ ਸਕਦੇ ਹਾਂ ਡੋਮੈਸਟਿਕ ਵੇਜ ਦੇ ਜਿਹੜੇ ਇਹ ਪੇਪਰ ਹਨ ਨਹੀਂ ਭਰੇ ਜਾਂਦੇ ਇਸ ਤਰ੍ਹਾਂ ਦਾ ਕੋਈ ਵੀ ਬੰਦਾ ਆਪਣੇ ਪੇਪਰ ਨਾ ਭਰੇ ਨਾ ਹੀ ਕਿਸੇ ਤੋਂ ਭਰਾਵੇ ਜਿੰਨਾ ਟਾਈਮ ਸਰਕਾਰ ਵੱਲੋਂ ਕੋਈ ਲਿਖਤੀ ਰੂਪ ਦੇ ਵਿੱਚ ਇਸ ਦੇ ਉੱਤੇ ਟਿੱਪਣੀ ਨਹੀਂ ਆndi ਅਤੇ ਦੂਸਰੀ ਗੱਲ ਇੱਕ ਹੋਰ ਵੀਰ ਨੇ ਸਾਨੂੰ ਪੁੱਛਿਆ ਸੀ ਕਹਿੰਦੇ ਜੀ ਸਪੈਡ ਜੇ ਸਰਜੰਟ ਦੇ ਨਾਲ ਗੱਲਬਾਤ ਕਰ ਰਹੇ ਨੇ ਉਹ ਜੰਟ ਕਹਿ ਰਹੇ ਨੇ ਕਿ ਸਪੈਡ ਤੁਹਾਡੀ ਰੱਖਣ ਲੱਗਣੀ ਆ ਦੇਖੋ ਸਪੈਡ ਦਾ ਸਾਫ ਦੱਸ ਦਿੰਦੇ ਆ ਜੀ ਜਿਸ ਟਾਈਮ ਆਨਲਾਈਨ ਪੇਪਰ ਭਰ ਹੋਣੇ ਆ ਜਿਹੜਾ ਮਾਲਕ ਆ ਉਸ ਮਾਲਕ ਦੀ ਜੋ ਨਾਰਮਲੀ ਸਪੈਡ ਲੱਗਦੀ ਆ ਤੇ ਜੇਕਰ ਕੋਈ ਬੰਦਾ ਤੁਹਾਡੀ ਸਪੈਡ ਬਣਾ ਕੇ ਤੁਹਾਡੀ ਸਪੈਡ ਦੇ ਨਾਲ ਬੰਦਾ ਭਰਨਾ ਚਾਹ ਰਿਹਾ ਤਾਂ ਬਹੁਤ ਵਧੀਆ ਗੱਲ ਆ ਫਿਰ ਉਸ ਸਾਹਬ ਦੇ ਨਾਲ ਕੀ ਹੋ ਜਾਣਾ ਜਿਹੜਾ ਮਾਲਕ ਦੇ ਜਿਹੜੀ ਸਾਰੀ ਇਕਤਿਆਰ ਆ ਤੁਹਾਡੇ ਕੋਲ ਆ ਜਾਣੀ ਹੈ ਜਿਹੜਾ ਵੀ ਨੋਟੀਫਿਕੇਸ਼ਨ ਆਣਾ ਤੁਹਾਡੇ ਕੋਲ ਆਣਾ ਪਰ ਇੱਕ ਗੱਲ ਨੋਟ ਕਰਿਓ ਜਿੱ ਤੱਕ ਸਾਨੂੰ ਲੱਗਦਾ ਜਿੱ ਤੱਕ ਸਾਨੂੰ ਜਿਆਦਾ ਜਿਸ ਟਾਈਮ ਅਸੀਂ ਸਪੈਡ ਬਣਾ ਦਿੰਦੇ ਹਾਂ ਨਾਰਮਲੀ ਪੇਪਰ ਭਰਨ ਵੇਲੇ ਉਸ ਬੰਦੇ ਦਾ ਹੀ ਮਾਲਕ ਦਾ ਨਾਮ ਹੁੰਦਾ ਜੇਕਰ ਇਹਨਾਂ ਨੇ ਕੋਈ ਚੇਂਜ ਨਾ ਕੀਤਾ ਹੋਵੇ ਤਾਂ ਜਿਹੜਾ ਮਾਲਕਾ ਉਹੀ ਬੰਦੇ ਦੇ ਪੇਪਰ ਭਰ ਸਕਦਾ ਤੇ ਜੇਕਰ ਇਦਾਂ ਨਾ ਹੋਵੇ ਤਾਂ ਫਿਰ ਧੋਖੇ ਤੁਹਾਡੀ ਬਹੁਤ ਹੋ ਸਕਦੀ ਹੈ ਉਹ ਕਿਉਂ ਕਿ ਕਿਉਂਕਿ ਇੱਕ ਬੰਦੇ ਪਿੱਛੇ ਪੰਜ ਦੀ ਜੇਕਰ ਲਿਮਟ ਆ ਤਾਂ ਫਿਰ ਹੋਰ ਹੋਰ ਬੰਦਿਆਂ ਦੀ ਸਪੈਡਾਂ ਬਣਾ ਕੇ 10 ਬੰਦਿਆਂ ਦੀ ਸਪੈਡਾਂ ਦੇ ਨਾਲ ਇੱਕ ਹੀ ਮਾਲਕ 50 ਬੰਦਿਆਂ ਦੇ ਪੇਪਰ ਭਰ ਸਕਦਾ ਤੇ ਇਹ ਇੱਕ ਐਸੀ ਗੱਲ ਹੈ ਇੱਕ ਐਸੀ ਚੀਜ਼ ਹੈ ਜਿਸ ਤੋਂ ਸਾਵਧਾਨ ਰਹਿਣ ਦੀ ਲੋੜ ਜਿਹੜਾ ਤੁਹਾਡਾ ਏਜੰਟ ਹੋਵੇ ਕੋਸ਼ਿਸ਼ ਕਰਿਓ ਕਿ ਏਜੰਟ ਦੀ ਸਪੈਡ ਤੋਂ ਹੀ ਜੇ ਜੇਕਰ ਤੁਸੀਂ ਕਿਸੇ ਅਜੰਟ ਨਾਲ ਜਾ ਰਹੇ ਤਾਂ ਅਜੰਟ ਦੇ ਏਜੰਟ ਦੀ ਹੀ ਸਪੈਡ ਤੋਂ ਜਿਹੜੇ ਪੇਪਰ ਪ੍ਰਵਾਣ ਦੀ ਕੋਸ਼ਿਸ਼ ਕਰਿਓ ਕਿਉਂਕਿ ਜੇਕਰ ਹਰ ਇੱਕ ਬੰਦੇ ਦੀ ਸਪੈਡ ਤੋਂ ਪੇਪਰ ਪ੍ਰਵਾਣੇ ਮੁਮਕਿਨ ਹੋਏ ਸੰਭਵ ਹੋਏ ਤੇ ਉਹ ਜੇ ਪਰਦਾ ਇਦਾਂ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਨਾਲ ਧੋਖਾ ਵੀ ਹੋ ਸਕਦਾ ਹੋ ਸਕਦਾ ਉਹ ਬੰਦਾ ਬਹੁਤ ਹੀ ਸੱਚਾ ਹੋਵੇ ਸੱਚਾ ਹੋਵੇ ਨਹੀਂ ਅਸੀਂ ਕਹਿ ਰਹੇ ਆਈ ਤੁਹਾਨੂੰ ਦੱਸ ਰਹੇ ਕਿ ਜੋ ਤੁਹਾਡੇ ਨਾਲ ਹੋ ਸਕਦਾ ਇਹਨਾਂ ਗੱਲਾਂ ਤੋਂ ਤੁਸੀਂ ਸਾਵਧਾਨ ਰਹਿਣਾ ਜੀ ਅਗਲੇ ਅਪਡੇਟ ਵੱਲ ਚਲਦੇ ਹਾਂ ਜੀ ਅਗਲਾ ਜੋ ਅਪਡੇਟ ਆ ਰਿਹਾ ਉਹ ਹੈ ਜੀ ਕਿ ਇਟਲੀ ਦੇ ਵਿੱਚ ਜਿਹੜੀਆਂ ਸਿਚੁਏਸ਼ਨਾਂ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਕੇਸ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ ਕੰਪਨੀਆਂ ਦੇ ਵਿੱਚ ਫਿਰ 2000 ਤੋਂ ਉੱਤੇ ਕੇਸ ਆਏ ਵੇਨੀਟੋ ਦੇ ਵਿੱਚ ਵੀ ਇਦਾਂ ਹੀ ਜਿਹੜੇ ਕੇਸਾਂ ਦੀ ਗਿਣਤੀ ਆ ਰਹੀ ਹੈ ਪਰ ਜੇ ਅਸੀਂ ਗੱਲ ਕਰੀਏ ਨਵੇਂ ਕਾਨੂੰਨਾਂ ਦੀ ਨਵੇਂ ਕਾਨੂੰਨਾਂ ਦੇ ਵਿੱਚ ਇੱਕ ਗੱਲ ਸਾਹਮਣੇ ਆ ਰਹੀ ਹੈ ਜੀ ਉਹ ਇਹ ਹੈ ਕਿ ਫਿਜ਼ੀਓਲੋਜੀ ਕਹਿ ਰਹੇ ਨੇ ਜਿਹੜੇ ਇਟਲੀ ਦੇ ਵਿੱਚ ਵੈਕਸੀਨਾਂ ਦੇ ਪ੍ਰਧਾਨ ਨੇ ਜਿਹੜੇ ਵੈਕਸੀਨ ਲੱਗ ਰਹੇ ਨੇ ਕਿ ਇੱਕ ਨਵਾਂ ਚੁੰਚਣਾ ਦੇਣ ਜਾ ਰਹੇ ਨੇ ਇਟਲੀ ਵਾਸੀਆਂ ਨੂੰ ਇਟਲੀ ਦੇ ਵਿੱਚ ਜਿਹੜੇ ਰਹਿ ਰਹੇ ਬੰਦੇ ਨੇ ਉਹਨਾਂ ਨੂੰ ਕਿਹੜਾ ਨਵਾਂ ਚੁੰਚਣਾ ਜੀ ਇੱਕ ਇਹ ਹੈ ਕਿ ਜਿਨ੍ਹਾਂ ਬੰਦਿਆਂ ਨੇ ਤੀਸਰਾ ਡੋਜ਼ ਲਵਾ ਲਿਆ ਜਿਨ੍ਹਾਂ ਬੰਦੇ ਨੇ ਤੀਜਾ ਡੋਜ਼ ਲਵਾ ਲਿਆ ਉਹਨਾਂ ਨੂੰ ਜੇ ਪੋਜ਼ਿਟਿਵ ਹੋ ਜਾਂਦੇ ਆ ਤਾਂ ਉਹਨਾਂ ਦਾ ਜਿਹੜਾ ਕੁਆਰੰਟਾਈਨ ਦਾ ਟਾਈਮ ਆ ਘਟਾ ਦਿੱਤਾ ਜਾਣਾ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਕੁਆਰੰਟਾਈਨ ਦਾ ਟਾਈਮ ਆ ਘਟਾ ਦਿੱਤਾ ਜਾਣਾ 7 ਦਿਨ ਦਾ ਕਰ ਦੋਗੇ 5 ਦਿਨ ਦਾ ਕਰ ਦੋਗੇ ਜਾਂ ਇਸ ਤੋਂ ਵੀ ਘਟਾ ਸਕਦੇ ਆ ਜੀ ਇਸ ਟਾਈਮ ਕੰਫਰਮ ਨਹੀਂ ਕੀਤਾ ਪਾਰੇ ਕਿਸੇ ਨੂੰ ਅਸੀਂ ਕਹਿ ਸਕਦੇ ਕਿ ਲਾਲਚ ਦੇ ਰਹੀ ਸਰਕਾਰ ਕਿ ਬੰਦੇ ਵੱਧ ਤੋਂ ਵੱਧ ਆਪਣੇ ਵੈਕਸੀਨਾਂ ਦੇ ਜਿਹੜੇ ਤੀਸਰੇ ਡੋਸ ਲਵਾ ਲੈਣ 10 ਜਨਵਰੀ ਤੋਂ ਬਾਅਦ ਬੰਦਾ 4 10 ਜਨਵਰੀ ਤੋਂ ਜੇਕਰ ਤੁਹਾਡੇ ਵੈਕਸੀਨ ਨੂੰ 4 ਮਹੀਨੇ ਹੋ ਗਿਆ ਤਾਂ ਤੁਸੀਂ ਆਪਣਾ ਤੀਸਰਾ ਜਿਹੜਾ ਵੈਕਸੀਨ ਦਾ ਡੋਸ ਲਵਾ ਸਕਦੇ ਹੋ ਉਧਰ ਜੇ ਅਸੀਂ ਗੱਲ ਨਿਊਯਾਰਕ ਦੀ ਕਰਦੇ ਤੇ ਨਿਊਯਾਰਕ ਨਿਊਯਾਰਕ ਨੇ ਤਾਂ ਸ਼ਰਿਆ ਵੀ ਕਹਿ ਦਿੱਤਾ ਸੀ ਕਿ ਇਹ ਹਜ਼ਾਰ-ਹਜ਼ਾਰ ਰੋਡਾ ਸੀ ਹਜ਼ਾਰ-ਹਜ਼ਾਰ ਡਾਲਰ ਦਾ ਸੀ ਜਿਹੜਾ ਜੁਰਮਾਨਾ ਕਰਨਾ ਜੀ ਜੇਕਰ 12 ਸਾਲ ਤੋਂ ਉੱਤੇ ਜਿਹੜੇ ਬੱਚੇ ਹਨ ਉਹਨਾਂ ਦੇ ਵੈਕਸੀਨ ਨਾ ਲੱਗੀ ਹੋਏ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਜੇਕਰ ਕੋਈ ਕੰਮ ਕਰ ਰਿਹਾ ਤਾਂ ਉਹਦੇ ਵੀ ਜਿਹੜੀ ਆ ਵੈਕਸੀਨ ਲੱਗਣੀ ਪੈਣੀ ਆ ਉਧਰ ਹੀ ਫਰਾਂਸੇ ਨੇ ਇਟਲੀ ਦੇ ਵਿੱਚ ਮੁੜ ਕੇ ਵਾਪਰਤਾਂ ਦੇ ਪਰਤ ਕੇ ਵਾਪਸ ਆਣੇ ਆ ਜੀ ਫਰਾਂਸੇ ਦੇ ਕਮੂਨ ਨੇ ਨੇ ਜਿੰਨੀਆਂ ਵੀ 9 ਜਨਵਰੀ ਤੱਕ ਉੱਥੇ ਦੀ ਪਾਰਟੀਆਂ ਸੀ ਜੋ ਫੈਸਲੇ ਹਿਸਾਬ ਕੋਸ਼ ਰੱਦ ਕਰ ਦਿੱਤਾ ਜੀ ਤੇ ਇਟਲੀ ਦੇ ਵਿੱਚ ਯੂਰਪ ਦੇ ਵਿੱਚ ਦੁਨੀਆ ਦੇ ਵਿੱਚ ਸਾਰੇ ਐਕਸਪਰਟ ਕਹਿ ਰਹੇ ਨੇ ਨਵੇਂ ਸਾਲ ਦੀਆਂ ਜਿਹੜੀਆਂ ਪਾਰਟੀਆਂ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਅਮਰੀਕਾ ਦੇ ਵਿੱਚ ਐਂਤਨੀ ਫਾਉਚੀ ਉਹ ਵੀ ਕਹਿ ਰਹੇ ਨੇ ਜੋ ਕਿ ਸ਼ੂਦੇ ਬਿਮਾਰੀਆਂ ਦਾ ਐਕਸਪਰਟ ਨੇ ਉਹ ਵੀ ਕਹਿ ਰਹੇ ਨੇ ਕਿ ਇਹਨਾਂ ਪਾਰਟੀਆਂ ਨੂੰ ਰੱਦ ਕਰਨਾ ਚਾਹੀਦਾ ਜੀ ਅਸਾ ਇੱਕ ਹੋਰ ਗੱਲ ਸਿਚੀਲੀਆ ਵੀ ਕਹਿ ਰਿਹਾ ਜੀ ਕਿ ਅਸੀਂ ਵੀ ਆਪਣੇ ਵੱਲੋਂ ਜਿਹੜਾ ਸ਼ਕੰਜਾ ਕੱਸ ਲੈਣਾ ਸ਼ਕੰਜਾ ਇਸ ਕਰਕੇ ਕਰ ਕੱਸਣਾ ਕਿ ਜਿਹੜੇ ਕੇਸਾਂ ਦੀ ਗਿਣਤੀ ਹੈ ਜ਼ੀਰੋ ਆ ਜਾਵੇ ਉਹ ਚਾਹੁੰਦੇ ਆ ਕਿ ਕੇਸਾਂ ਦੀ ਜਿਹੜੀ ਨਵੀਂ ਗਿਣਤੀ ਆ ਘਟਦੀ ਜਾਵੇ ਨਵੇਂ ਗਿਣਤੀ ਨਾ ਆਵੇ ਜਿਸ ਨਾਲ ਜਿਹੜਾ ਜਿਸ ਦੇ ਨਾਲ ਕੀ ਹੋ ਜਾਂਦਾ ਜਿਸ ਨਾਲ ਸਟੇਟ ਦੀ ਬਦਨਾਮੀ ਨਾ ਹੋ ਇਸ ਟਾਈਮ ਇਹ ਵੀ ਦੱਸਿਆ ਜਾ ਰਿਹਾ ਕਿ ਇਟਲੀ ਦੇ ਵਿੱਚ ਸਭ ਤੋਂ ਵੱਧ ਜਿਹੜੇ ਕੇਸ ਆ ਰਹੇ ਨੇ ਜਿਹੜੇ ਬੰਦੇ ਨੇ ਵੈਕਸੀਨ ਨਹੀਂ ਲਵਾਏ ਵੈਕਸੀਨ ਦੇ ਖਿਲਾਫ ਨੇ ਨੋ ਵੈਕਸ ਵਾਲੇ ਨੇ ਇਹਨਾਂ ਦੇ ਕਾਰਨ ਜਿਹੜੀ ਆ ਵੈਕਸੀਨ ਜਿਹੜੀ ਵੈਕਸੀਨੇਸ਼ਨ ਦਾ ਕੰਮ ਰੁਕ ਗਿਆ ਵੈਕਸੀਨੇਸ਼ਨ ਦਾ ਕੰਮ ਢਲਾ ਪਿਆ ਇਟਲੀ ਦੇ ਵਿੱਚ ਵਾਈਟ ਜ਼ੋਨ ਰਗ ਵਾਈਟ ਤੋਂ ਪੀਲੇ ਹੋ ਰਹੇ ਨੇ ਪੀਲੇ ਤੋਂ ਫਿਰ ਸੰਤਰੀ ਜਾਂ ਸੰਤਰੀ ਤੋਂ ਰੈੱਡ ਜਾ ਸਕਦੇ ਆ ਤੇ ਵੈਕਸੀਨ ਦੀ ਜੇ ਅਸੀਂ ਗੱਲ ਕਰੀ ਤਾਂ ਲਾਤਸਿਓ ਦੇ ਵਿੱਚ ਦੱਸਿਆ ਜਾ ਰਿਹਾ ਕਿ 30 ਦਸੰਬਰ ਤੋਂ ਜਿਹੜੀ ਰਾਤ ਨੂੰ ਵੀ ਜਿਹੜੀ ਵੈਕਸੀਨ ਦਾ ਕੰਮ ਸ਼ੁਰੂ ਕਰ ਦੇਣਾ 30 ਦਸੰਬਰ ਤੋਂ ਲਾਤਸਿਓ ਦੇ ਏਰੀਆ ਦੇ ਵਿੱਚ ਹੈਗੇ ਆ ਉਹ ਕਹਿੰਦੇ ਜੀ ਅਸੀਂ ਰਾਤ ਦਿਨ ਰਾਤ ਇੱਕ ਕਰ ਦੇਣੀ ਆ ਵੈਕਸੀਨ ਲਾਉਣ ਦੇ ਲਈ ਤੇ ਦੱਸਿਆ ਜਾ ਰਿਹਾ ਕਿ ਅਸੀਂ 3 ਲੱਖ ਬੰਦਿਆਂ ਦੀ ਜਿਹੜੀ ਵੈਕਸੀਨ ਆ ਉਹਨਾਂ ਦੇ ਜਿੰਨਾ ਛੇਤੀ ਹੋ ਕੇ ਜਿੰਨਾ ਵੀ ਛੇਤੀ ਹੋਵੇ ਉਹਨਾਂ ਦੇ ਵੈਕਸੀਨ ਜਿਹੜੀ ਲਾਣੀ ਆ ਹੁਣ ਉਧਰ ਹੀ ਅਸੀਂ ਇੱਕ ਪਾਸੇ ਵੈਕਸੀਨ ਦੀ ਗੱਲ ਕਰਦੇ ਆ ਇੱਕ ਪਾਸੇ ਵਾਰਸ ਦੀ ਗੱਲ ਕਰਦੇ ਆ ਪਰ ਅਸੀਂ ਇਹ ਨਹੀਂ ਦੇਖਦੇ ਵੀ ਜਿਹੜੇ ਇਹ ਲੋਕਡਾਊਨ ਲੱਗਦੇ ਨੇ ਇਹ ਜਿਹੜੀਆਂ ਪਾਬੰਦੀਆਂ ਲੱਗਦੀਆਂ ਨੇ ਇਹਨਾਂ ਦੇ ਨਾਲ ਨੁਕਸਾਨ ਕਿਹੜਾ ਨੂੰ ਆ ਨੁਕਸਾਨ ਹੁੰਦਾ ਜੀ ਬਾਰ ਵਾਲਿਆਂ ਨੂੰ ਰੈਸਟੋਰੈਂਟ ਵਾਲਿਆਂ ਨੂੰ ਹੋਟਲਾਂ ਨੂੰ ਹੁਣ ਜਿਹੜੇ ਹੋਟਲਾਂ ਦੇ ਫੈਡਰਲ ਅਲਬੈਰਗ ਜਾਂ ਰੋਮਾ ਦੇ ਰੋਮਾ ਦੇ ਵਿੱਚ ਜਿਹੜੇ ਇਹਨਾਂ ਦੀ ਬਹੁਤ ਵੱਡੀ ਸੰਸਥਾ ਹੈ ਜੀ ਹੋਟਲਾਂ ਦੀ ਉਹਨਾਂ ਨੇ ਪਿਛਲੇ ਸਾਲ ਦੇ ਨਾਲੋਂ ਤੇ ਉਸ ਤੋਂ ਵੀ ਜੇ ਅਸੀਂ ਦੇਖੀਏ 2019 ਦੇ ਹਿਸਾਬ ਦੇ ਨਾਲ ਦੇਖਿਆ ਕਿ ਹੁਣ ਜਿਹੜੀਆਂ ਰੋਮਾ ਦੇ ਵਿੱਚ ਜਿਹੜੇ ਹੋਟਲਾਂ ਦੀ ਬੁਕਿੰਗ ਹੋ ਰਹੀ ਹੈ तकरीबन 50% ਕੱਟ ਗਈ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ 1250 ਤੋਂ ਹੋਟਲ ਹੈ 1250 ਹੋਟਲਾਂ ਦੇ ਵਿੱਚ 350 ਜਿਹੜੇ ਹੋਟਲ ਉਹਨਾਂ ਨੂੰ ਬੰਦ ਕਰਨੇ ਪੈਗੇ ਇਹਨਾਂ ਕਾਰਨ ਕੀ ਹੈ ਜੀ ਲੋਕੀ ਹੋਟਲਾਂ ਦੇ ਵਿੱਚ ਆਪਣੇ ਬੁਕਿੰਗੇ ਨਹੀਂ ਕਰਾਉਂਦੇ ਜੇ ਹੋਟਲਾਂ ਦੇ ਵਿੱਚ ਬੁਕਿੰਗ ਨਹੀਂ ਹੋਊਗੀ ਤਾਂ ਫਿਰ ਬੰਦਿਆਂ ਦਾ ਉਹਨਾਂ ਦਾ ਖਾਣ ਪੀਣ ਦਾ ਜੋ ਵੀ ਉਹਨਾਂ ਦੀਆਂ ਤਨਖਾਹਾਂ ਨੇ ਕਿਥੋਂ ਨਿਕਲਣੀਆਂ ਨੇ ਅਗਲੇ ਅਪਡੇਟ ਵੱਲ ਚਲਦੇ ਜੀ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਆਪਣੇ ਡਾਕਟਰਾਂ ਤੋਂ ਆ ਰਿਹਾ ਦੱਸਿਆ ਜਾ ਰਿਹਾ ਕਿ ਇਟਲੀ ਦੇ ਵਿੱਚ ਹੁਣ ਵੀ ਕਾਫੀ ਜਿਹੜੇ ਡਾਕਟਰ ਨੇ ਦੱਸਿਆ ਜਾ ਰਿਹਾ ਜਿਹੜੇ ਕਿ ਜਿਨ੍ਹਾਂ ਦੇ ਵੈਕਸੀਨ ਦਾ ਇੱਕ ਡੋਜ਼ ਵੀ ਨਹੀਂ ਲੱਗਾ ਸੌਰੀ ਜਿਨ੍ਹਾਂ ਦੇ ਤੀਸਰੇ ਡੋਜ਼ ਨਹੀਂ ਲੱਗੇ ਦੱਸਿਆ ਜਾ ਰਿਹਾ ਕਿ ਤਕਰੀਬਨ 20-25000 ਇਟਲੀ ਦੇ ਵਿੱਚ ਹੁਣ ਵੀ ਇਦਾਂ ਦੇ ਡਾਕਟਰ ਨੇ ਜਿਨ੍ਹਾਂ ਦੇ ਵੈਕਸੀਨ ਦੇ ਤੀਸਰੇ ਡੋਜ਼ ਨਹੀਂ ਲੱਗੇ ਅਤੇ ਜੇਕਰ ਇਹ ਵੈਕਸੀਨ ਦੇ ਤੀਸਰੇ ਡੋਜ਼ ਨਹੀਂ ਲਵਾਉਂਦੇ ਤੇ ਲੋਕਾਂ ਨੂੰ ਇਹਨਾਂ ਤੋਂ ਹੀ ਖਤਰਾ ਹੈ ਜੀ ਪੋਜ਼ਿਟਿਵ ਹੋਣ ਦਾ ਕਿਉਂਕਿ ਜੇਕਰ ਇਹ ਪੋਜ਼ਿਟਿਵ ਹੋ ਜਾਂਦੇ ਤਾਂ ਫਿਰ ਪ੍ਰੋਬਲਮ ਬਹੁਤ ਹੀ ਜ਼ਿਆਦਾ ਵੱਧ ਜਾਂਦੀ ਹੈ ਪਰ ਜੇਕਰ ਕੋਈ ਬੰਦਾ ਵੈਕਸੀਨ ਜਿਹਦੇ ਲੱਗੀ ਹੋਏ ਇੱਕ ਡੋਜ਼ ਲੱਗੀ ਆ ਦੋ ਡੋਜ਼ ਲੱਗੀ ਆ ਤਿੰਨ ਡੋਜ਼ ਲੱਗੀ ਆ ਤੇ ਜੇ ਉਹ ਪੋਜ਼ਿਟਿਵ ਬੰਦੇ ਦੇ ਟੱਚ ਦੇ ਵਿੱਚ ਆ ਜਾਂਦਾ ਫਿਰ ਉਹਨੂੰ ਕਰਨਾ ਕੀ ਚਾਹੀਦਾ ਜੇਕਰ ਬੰਦਿਆ ਇਦਾਂ ਕਿਸੇ ਪੋਜ਼ਿਟਿਵ ਬੰਦੇ ਦੇ ਟੱਚ ਦੇ ਵਿੱਚ ਆ ਜਾਂਦਾ ਜਾਂ ਘਰ ਦੇ ਵਿੱਚ ਕੋਈ ਬੰਦਾ ਜਾਂ ਫਿਰ ਕਿਸੇ ਨਾਲ ਹੱਥ ਮਿਲਾਇਆ ਹੋ ਬੰਦਾ ਪੋਜ਼ਿਟਿਵ ਸੀ ਜਾਂ ਕਿਸੇ ਦੇ ਪੋਜ਼ਿਟਿਵ ਬੰਦੇ ਦੇ ਨੇੜੇ ਆ 2 ਮੀਟਰ ਦੇ ਨੇੜੇ ਬੈਠੇ ਆ ਘੱਟ ਤੋਂ ਘੱਟ 15 ਮਿੰਟਾਂ ਦੇ ਲਈ ਜਾ ਬੱਸ ਜਹਾਜ਼ 에어ਪੋਰਟ ਜਿੱਥੇ ਵੀ ਪਬਲਿਕ ਟਰਾਂਸਪੋਰਟ ਦੇ ਵਿੱਚ ਕਿਤੇ ਵੀ ਅਸੀਂ ਪੋਜ਼ਿਟਿਵ ਬੰਦੇ ਦੇ ਟੱਚ ਦੇ ਵਿੱਚ ਆਵੇ ਆਦਿਆਂ ਤਾਂ ਇਹਦੇ ਨਾਲ ਸਰਕਾਰ ਕੁਝ ਨਿਯਮ ਦੱਸਦੀ ਜਿਨ੍ਹਾਂ ਦੀ ਸਾਨੂੰ ਪਾਲਣਾ ਕਰਨ ਦੀ ਲੋੜ ਆ ਜਿਨ੍ਹਾਂ ਬੰਦਿਆਂ ਨੇ ਵੈਕਸੀਨ ਨਹੀਂ ਲਵਾਈ ਉਹਨਾਂ ਨੂੰ ਦੇਖੋ ਜੀ ਘੱਟ ਤੋਂ ਘੱਟ 10 ਦਿਨ ਕੁਆਰੰਟਾਈਨ ਰਹਿਣਾ ਪੈਣਾ 10 ਦਿਨ ਕੁਆਰੰਟਾਈਨ ਹੋਣ ਤੋਂ ਬਾਅਦ ਉਹਨਾਂ ਨੂੰ ਟੈਸਟ ਕਰਵਾਉਣਾ ਪੈਣਾ ਜੇਕਰ ਨੈਗੇਟਿਵ ਆਉਂਦੇ ਆ ਫਿਰ ਉਹ ਘਰ ਤੋਂ ਬਾਹਰ ਜਾ ਸਕਦੇ ਆ ਜਿਨ੍ਹਾਂ ਬੰਦਿਆਂ ਨੇ ਦੋ ਦੋ ਵੈਕਸੀਨਾਂ ਲੱਗ ਗਈਆਂ ਜੀ ਉਹ 7 ਦਿਨ ਬਾਅਦ ਆਪਣਾ ਟੈਸਟ ਕਰਵਾ ਸਕਦੇ ਜੇਕਰ ਨੈਗੇਟਿਵ ਆ ਫਿਰ ਉਹ ਘਰੋਂ ਬਾਹਰ ਨਿਕਲ ਸਕਦੇ ਕੰਮ ਤੇ ਵਾਪਸ ਜਾਣ ਦੇ ਲਈ ਸਰਟੀਫିକਾਟੋਂ ਮੈਡੀਕੋ ਹੋਣਾ ਬਹੁਤ ਜ਼ਰੂਰੀ ਆ ਜੇਕਰ ਦੁਬਾਰਾ ਮੁੜ ਕੇ ਵਾਪਸ ਕੰਮ ਤੇ ਜਾਣਾ ਹੈ ਤਾਂ ਉਸ ਤੋਂ ਬਾਅਦ ਆਪਣਾ ਸਰਟੀਫିକੇਟ ਲੈ ਕੇ ਜਾਣਾ ਨਹੀਂ ਤਾਂ ਕੰਮ ਵਾਲਾ ਮਾਲਕ ਤੁਹਾਨੂੰ ਵਾਪਸ ਭੇਜ ਸਕਦਾ ਹੁਣ ਗੱਲ ਕਰਦੇ ਆ ਜੀ ਦੁਨੀਆ ਦੇ ਪਿੱਲ ਮੁੰਦਿਆਲੇ ਜਿਹਨੂੰ ਅਸੀਂ ਜੀਡੀਪੀ ਕਹਿ ਦਿੰਦੇ ਆ ਦੁਨੀਆ ਦੇ ਵਿੱਚ 2022 ਦੇ ਵਿੱਚ ਦੱਸਿਆ ਜਾ ਰਿਹਾ ਇੰਡੀਆ ਇੰਡੀਆ ਨੇ ਫਰਾਂਸ ਨੂੰ ਕੱਟ ਜਾਣਾ ਜੀ ਇੰਡੀਆ ਨੇ ਅਗਲੇ ਸਾਲ ਫਰਾਂਸ ਨੂੰ ਜੀ ਡੀ ਵੀ ਵਿੱਚ ਜੀ ਜਿਹੜੀ ਡੀਪੀ ਹੁੰਦੀ ਹੈ ਤੇ ਵਿੱਚ ਕੱਟ ਜਾਣਾ ਜਿਹਨੂੰ ਇਟਾਲੀਅਨ ਦੇ ਵਿੱਚ ਪ੍ਰੋਦੋਤੋ ਇੰਟੇਰ ਨੂੰ ਲੋਰਦੋ ਕਹਿੰਦੇ ਆ ਪਿਲ ਤੇ ਚਾਈਨਾ ਨੂੰ ਤਕਰੀਬਨ ਹੋਰ 8 ਸਾਲ ਲੱਗ ਜਾਣੇ ਆ ਅਮਰੀਕਾ ਨੂੰ ਕਟਣ ਨੂੰ ਉਸ ਤੋਂ ਬਾਅਦ ਤਕਰੀਬਨ ਇਕਨੋਮਿਕ ਇਕਨੋਮਿਕ ਤੌਰ ਤੇ ਚਾਈਨਾ ਸਭ ਤੋਂ ਵੱਡੀ ਜਿਹੜੀ ਕੰਟਰੀ ਦੁਨੀਆ ਦੀ ਬਣ ਜਾਣੀ ਹੈ ਤਾਕਤ ਅਸੀਂ ਕਹਿ ਸਕਦੇ ਆ ਬਣ ਜਾਣੀ ਹੈ ਜੀ ਸੋ ਉਹਨਾਂ ਨੂੰ ਜਿਹੜੀਆਂ ਰੀਨਿਊ ਕਰਾਉਣ ਦੇ ਲਈ ਕਾਫੀ ਕਈ ਬਹੁਤ ਸਾਰੀਆਂ ਇਦਾਂ ਦੀਆਂ ਜਗਾਵਾਂ ਨੇ ਬਹੁਤ ਸਾਰੇ ਇਦਾਂ ਦੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਸਿਰਫ ਅਲੋਜੋ ਦੀ ਲੋੜ ਪੈਂਦੀ ਹੈ ਜਾਂ ਫਿਰ ਸਿਰਫ ਜਿਨ੍ਹਾਂ ਦੇ ਆਸਪਿਤਧੀ ਦੀ ਲੋੜ ਪੈਂਦੀ ਹੈ ਤੇ ਆਸਪਿਤਧੀ ਦੀ ਲੋੜ ਪੈਣ ਦੇ ਨਾਲ ਜਿਹੜੇ ਕਾਰੋਬਾਰ ਆ ਬੰਦਿਆਂ ਦੇ ਉਹ ਵੀ ਚੱਲਦੇ ਨੇ ਜਿਹੜੇ ਪੈਸੇ ਦੇ ਹੈ ਕਿ ਜਿਹੜੇ ਆਸਪਿਤਧੀ ਬਣਾਦੇ ਆ ਅਸੀਂ ਆਪਣੇ ਚੈਨਲ ਤੇ ਤੁਹਾਨੂੰ ਦੱਸਿਆ ਸੀ ਕਿ کیسے ਸਾਧਨਾਂ ਦੇ ਵਿੱਚ ਫ੍ਰੀ ਦੇ ਵਿੱਚ ਰੈ residense ਬਣਾ ਸਕਦੇ ਹੋ ਤੇ ਕਾਫੀ ਆਪਣੇ ਵੀਰਾਂ ਨੇ residense ਬਣਾਏ ਜਿਨ੍ਹਾਂ ਨੇ ਸਾਨੂੰ ਅ ਦਿ ਲੋ ਧੰਨਵਾਦ ਵੀ ਕੀਤਾ ਪਰ ਹੁਣ ਵੀ ਕਾਫੀ ਬੰਦੇ ਇਨ੍ਹਾਂ ਚੱਕਰਾਂ ਦੇ ਵਿੱਚ ਪਏ ਨੇ ਜਿਨ੍ਹਾਂ ਦੇ ਵਿੱਚ ਪੈਸੇ ਦੇ ਕੇ ਹਸਪਤਾਲੀਆਂ ਪੈਸੇ ਦੇ ਕੇ ਰੈਜ਼ਿਡੈਂਸੇ ਬਣਾ ਰਹੇ ਨੇ ਤੇ ਫਿਰ ਉਹ ਜੁਰਮਾਨੇ ਦੇ ਵੀ ਹੱਕਦਾਰ ਦਾਅਵੇਦਾਰ ਹੋ ਜਾਂਦੇ ਨੇ ਇਦਾਂ ਦਾ ਇੱਕ 58 ਸਾਲ ਦਾ ਬੰਦਾ ਫੜਿਆ ਗਿਆ ਜੀ ਕਿੱਥੇ ਫੜਿਆ ਗਿਆ ਨਾਮ ਨੈਸ਼ਨੈਟੀ ਸਭ ਕੁਝ ਗੁਪਤ ਹੈ ਜੀ ਬੰਦਾ ਗੈਰਮੁਰਖੀ ਮੁਲਕੀ ਸੀਗਾ ਇਟਾਲੀਅਨ ਨਹੀਂ ਸੀਗਾ ਇੱਕ ਘਰ ਸੀ ਜਿਹੜਾ ਜਿਹੜਾ ਘਰ ਨੂੰ ਛੱਡੇ ਨੂੰ ਵੀ 2 ਸਾਲ ਹੋ ਗਏ ਘਰ ਦਾ ਮੀਟਰ ਸਕਰ ਵੀ ਤਕਰੀਬਨ ਬਹੁਤ ਛੋਟਾ ਜਿਹਾ ਸਗਾ ਇੱਕ ਕਮਰੇ ਵਾਲਾ ਘਰ ਸੀ ਅਤੇ ਉਹ ਬੰਦਾ ਡੁਪਲੀਕੇਟ ਸਾਈਨ ਕਰਕੇ ਡੁਪਲੀਕੇਟ ਪੇਪਰ ਬਣਾ ਕੇ ਦੇ ਰਿਹਾ ਸੀ ਤਕਰੀਬਨ ਲਾਸਟਲੇ 2 ਸਾਲਾਂ ਤੋਂ ਬੰਦਿਆਂ ਨੂੰ ਜਿਹੜੀਆਂ ਅਲੋਜਿਓ ਆਪਣੀਆਂ ਹਸਪਤਾਲੀਆਂ ਜਿਹੜੀਆਂ ਸਰਟੀਫਿਕੇਟ ਉਹਦੀ ਹਸਪਿਟਲਿਟੀ ਜਿਹੜਾ ਹੁੰਦਾ ਡੁਪਲੀਕੇਟ ਲੋਕਾਂ ਨੂੰ ਬਣਾ ਬਣਾ ਦੇ ਰਿਹਾ ਸੀ ਜਿਸ ਟਾਈਮ ਇੱਕ ਹੀ ਪ੍ਰਫਤੂਰੇ ਦੇ ਵਿੱਚ ਇੱਕ ਹੀ ਇੱਕ ਹੀ ਕਸਤੂਰੇ ਦੇ ਵਿੱਚ ਬਹੁਤ ਵਾਰ ਇੱਕ ਹੀ ਘਰ ਦੀਆਂ ਹਸਪਤਾਲੀਆਂ ਪਹੁੰਚੀਆਂ ਸਰਟੀਫੀਕਾ ਆਪਣਾ ਜਿਹੜਾ ਸਰਟੀਫੀਕਾ ਤੋਂ ਦੀ ਹਸਪਤਾਲੀਤਾ ਹੁੰਦਾ ਹਸਪਿਟੀ ਜਨੂਸੀ ਕਹਿੰਨੇ ਆ ਪਹੁੰਚੀਆਂ ਤੇ ਚੈੱਕ ਕਰਨ ਤੇ ਪਤਾ ਲੱਗਾ ਜੀ ਕਿ ਉਸ ਘਰ ਦੇ ਵਿੱਚ ਉਸ ਬੰਦੇ ਨੂੰ ਰਹਿੰਦੇ ਨੂੰ 2 ਸਾਲ ਹੋ ਗਿਆ ਜੀ ਉਸ ਘਰ ਦੇ ਵਿੱਚ ਰਹਿ ਨਹੀਂ ਰਿਹਾ ਉਸ ਤੋਂ ਬਾਅਦ 89 ਸਾਲ ਦੇ ਜਿਹੜਾ ਬੰਦਾ ਹੈ ਜਿਹੜਾ ਉਸ ਘਰ ਦਾ ਮਾਲਕ ਸੀ ਘਰ ਦੇ ਮਾਲਕ ਤੇ ਚਲੋ ਜੁਰਮਾਨਾ ਕੀਤਾ ਕੀਤਾ ਪਰ 89 ਸਾਲ ਦੇ ਬੰਦੇ ਦੇ ਸਿਰ ਵੀ ਹੁਣ ਕੇਸ ਚੱਲਿਆ ਸਰਕਾਰ ਦੇ ਨਾਲ ਧੋਖਾ ਧੜੀ ਦਾ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਔਸਪੀਦੀ ਦਾ ਪੇਪਰ ਹੈ 250 ਐਰੋ ਲੈ ਰਿਆ ਸਗਾ ਹਰ ਬੰਦੇ ਨੂੰ ਬਣਾਉਣ ਦੇ ਲਈ ਤੇ ਇਹਦੇ ਕੋਲ ਹਮੇਸ਼ਾ ਹੀ ਲੈਂਨ ਲੱਗੀ ਰਹਿੰਦੀ ਸੀ ਤੇ ਹੋ ਸਕਦਾ ਆਲੂ ਦੀ ਮੋਹਰ ਬਣਾ ਕੇ ਰੱਖੀ ਉਸੇ ਜਿਹਦੇ ਨਾਲ ਇਹ ਛਾਪੇ ਮਾਰ-ਮਾਰ ਲੋਕਾਂ ਨੂੰ ਦੇਈ ਜਾਂਦਾ ਹੈ ਤੇ ਇਹਦੇ ਨਾਲ ਜੋ ਸਾਡੀਆਂ ਅੱਜ ਦੀਆਂ ਖਬਰਾਂ ਨੇ ਇੱਥੇ ਮੁਕਦੀਆਂ ਨੇ 2020 ਦੀ ਜਿਹੜੀ ਇਮੀਗ੍ਰੇਸ਼ਨ ਸਗੀ ਚਾਹੇ ਇਟਲੀ ਵਾਲੀ ਹੋਵੇ ਚਾਹੇ ਇੰਡੀਆ ਵਾਲੀ ਹੋਵੇ ਉਹ ਜਿਹੜੀਆਂ ਫਾਈਲਾਂ ਨੇ ਪੈਂਡਿੰਗ ਪਈਆਂ ਨੇ ਵੀਜ਼ੇ ਵਾਲੀਆਂ ਫਾਈਲਾਂ ਪੈਂਡਿੰਗ ਪਈਆਂ ਨੇ ਪਿੱਛੇ ਵਾਲਾ ਕੰਮ ਇਹਨਾਂ ਕੋਲ ਬਹੁਤ ਪੈਂਡਿੰਗ ਆ ਫੈਮਲੀ ਵੀਜ਼ੇ ਸਾਰੇ ਪੈਂਡਿੰਗ ਆ ਜੀ ਬਹੁਤ ਸਲੋ ਕੰਮ ਕਰ ਰਹੇ ਨੇ ਸ਼ਾਇਦ ਇਸ ਦਾ ਕਾਰਨ ਇੱਕ ਕੋਵਿਡ-19 ਵਾਇਰਸ ਵੀ ਹੈ ਤੇ ਵਾਇਰਸ ਦੀ ਜੇਕਰ ਅਸੀਂ ਗੱਲ ਕਰੀ ਤਕਰੀਬਨ ਫਿਰ 2000 ਫਲਾਈਟਾਂ ਇਟਲੀ ਦੇ ਵਿੱਚ ਕੈਨਸਲ ਹੋਈਆਂ ਸੌਰੀ ਦੁਨੀਆ ਦੇ ਵਿੱਚ ਕੈਨਸਲ ਹੋਈਆਂ ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਸੀਂ ਇੰਡੀਆ ਪਾਕਿਸਤਾਨ ਜਾਂ ਕਿਸੇ ਹੋਰ ਕੰਟਰੀ ਨੂੰ ਜਾ ਰਹੇ ਹੋ ਤਾਂ ਫਲਾਈਟਾਂ ਨੂੰ ਦੋ ਵਾਰ ਚੈੱਕ ਕਰੋ ਜਿਹੜਾ 에ਰਪੋਰਟ ਤੇ ਤੁਹਾਨੂੰ ਬੰਦਾ ਛੱਡਣ ਗਿਆ ਜਿੰਨਾ ਟਾਈਮ ਫਲਾਈਟ ਤੁਹਾਡੀ ਉੜ ਨਹੀਂ ਜਾਂਦੀ ਉਸ ਬੰਦੇ ਨੂੰ ਘੱਟ ਤੋਂ ਘੱਟ ਉੱਥੇ ਘੰਟਾ ਖੜਾ ਰਵੇ ਕਿਉਂਕਿ ਫਲਾਈਟਾਂ ਕੈਨਸਲ ਹੋ ਰਹੀਆਂ ਨੇ ਜੀ 25 26 27 ਤਰੀਕ ਦੀਆਂ ਜਿਹੜੀਆਂ ਟੋਟਲ 3 ਦਿਨਾਂ ਦੇ ਵਿੱਚ ਫਲਾਈਟਾਂ 8000 ਟੋਟਲ ਦੁਨੀਆ 'ਚ ਫਲਾਈਟਾਂ ਕੈਨਸਲ ਹੋ ਗਈਆਂ ਨੇ ਤੇ ਇਸ ਕਰਕੇ ਇਸ ਗੱਲ ਦਾ ਵੀ ਖਿਆਲ ਰੱਖਿਓ ਜੀ ਮਿਲਾਂਗੇ ਆਪਣੇ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਹਟਾਲੀਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ